गूड़े होन लगे चुनिया दे रंग ने गल मसाहिल कोई बुलिया तो संग ने लग दी ना अख हुण मुटे यार दी ਯੰਗ ਮੰਡੀਰ ਆ ਉਹਦੇ ਲਈ ਤਾਂ ਮੈਸੇਜ ਬਹੁਤ ਵਧੀਆ ਕਿ ਤੁਸੀਂ ਬਦਲਾ ਕਿਵੇਂ ਲੈਣਾ ਬ੍ਰੇਕਅਪ ਤੋਂ ਬਾਅਦ ਤੇ ਦੂਰ ਪੈ ਜਾਊਗਾ ਆਪਾਂ ਪੈਦਲ ਪੈਦਲ ਚੱਲ ਪੈਣੇ ਆ ਮੇਰੇ ਸਮਝ ਨਹੀਂ ਆਇਆ ਸਾਰਿਆਂ ਨੂੰ ਲੱਗਦਾ ਸੀ ਕਿ ਮੈਂ ਬਹੁਤ ਸਵੀਟ ਆ ਚੰਗਾ ਮੁੰਡਾ ਮੈਂ ਹੈ ਨਹੀਂ ਚੰਗਾ ਹੁਣ ਉਹ ਚਲਾਕੋ ਚਲਾਕੋ ਨਹੀਂ ਰਹੀ ਨਾ ਜਦੋਂ ਪਤਾ ਲੱਗਿਆ ਕਿ ਮੁੰਡਾ ਹੀ ਨਹੀਂ ਮਿਲਿਆ ਕਾਦੀ ਚਲਾਕ ਵਿਚਾਰੀ ਸੀਡੀਆਂ ਦੇ ਗਾਣਿਆਂ ਦਾ ਦੌਰ ਆ ਗਿਆ ਸੀਡੀਆਂ ਦੇ ਗਾਣਿਆਂ ਦਾ ਦੌਰ ਆ ਗਿਆ ਸਪੀਕਰਾਂ ਦੇ ਬੈੱਡ ਵਾਲਾ ਸ਼ੋਰ ਆ ਗਿਆ ਬਾਕੀ ਚਾਹ ਹੁਣ ਉੱਥੇ ਜਾ ਕੇ ਲਾਈ ਚੱਲ ਕੁੜੇ ਸਹੁਰਿਆਂ ਦਾ ਪਿੰਡ ਆ ਗਿਆ ਜੀ ਹਾਂ ਫਾਈਨਲੀ ਸਹੁਰਿਆਂ ਦਾ ਪਿੰਡ ਆ ਹੀ ਗਿਆ ਪਰ ਇਹ ਪਿੰਡ ਕਿੱਥੇ ਵਸਿਆ ਹੋਇਆ ਸੀ ਕਿਹੜੀਆਂ ਰੱਬ ਦੀਆਂ ਜੜਾਂ ਸੀ ਇਹ ਜਾਣਨ ਦੇ ਲਈ ਅੱਜ ਖੁਦ ਅਸੀਂ ਸਹੁਰਿਆਂ ਦੇ ਪਿੰਡੋਂ ਮਹਿਮਾਨ ਬੁਲਾਏ ਨੇ ਆ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਬਹੁਤ ਸਵਾਗਤ ਹੈ ਗੁਰਨਾਮ ਬਹੁਤ ਸਵਾਗਤ ਹੈ ਸਰਗੁਣ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੂੰਗੀ ਜਾਣਨਾ ਚਾਹੂੰਗੀ ਕਿ ਆਖਰਕਾਰ ਫਿਲਮ ਰਿਲੀਜ਼ ਹੋ ਰਹੀ ਹੈ ਯਕੀਨ ਹੋ ਰਿਹਾ ਕਿ ਰਿਲੀਜ਼ ਹੋ ਰਹੀ ਹੈ 8 ਜੁਲਾਈ ਨੂੰ ਹੀ ਹੋਊਗਾ 8 ਜੁਲਾਈ ਨੂੰ ਯਕੀਨ ਹੋ ਗਿਆ ਸਰਗੁਣ ਤੁਹਾਡੀ ਕਿਉਂਕਿ ਮੈਂ ਬਾਰ-ਬਾਰ ਦੇਖ ਰਹੀ ਸੀ ਇੰਸਟਾਗ੍ਰਾਮ ਕਿ ਅੱਜ ਗਾਣਾ ਆਣਾ ਨਹੀਂ ਆਇਆ ਨਹੀਂ ਗਲਤੀ ਹੋ ਗਈ ਅਜਾ ਫੇਰ ਆਊਗਾ ਕੱਲ ਨੂੰ ਆਊਗਾ ਪਰਸੋਂ ਨਹੀਂ ਆਪਾਂ ਟ੍ਰੇਲਰ ਦੇ ਨਾਲ ਕੀਤਾ ਸੀ ਆਪਾਂ ਗਾਣੇ ਦੇ ਨਾਲ ਨਹੀਂ ਕੀਤਾ ਠੀਕ ਹੈ ਟ੍ਰੇਲਰ ਹੁਣ ਵੀ ਆਪਾਂ ਸਾਰਿਆਂ ਨੂੰ ਆਹੀ ਕਹਿੰਦੇ ਆ ਕਿ ਸਾਡੀ ਫਿਲਮ ਸ਼ਾਇਦ ਇੰਨੀ ਵਧੀਆ ਕਿ ਸਾਨੂੰ ਲੱਗਦਾ ਕਿ ਸਾਡਾ ਟ੍ਰੇਲਰ ਉਹਦੇ ਮੁਕਾਬਲੇ ਖੜਦਾ ਹੀ ਨਹੀਂ ਕਦੇ ਕਦੇ ਹੁੰਦਾ ਹੈ ਕਿ ਤੁਹਾਡੇ ਤੋਂ ਉਹ ਟ੍ਰੇਲਰ ਹੀ ਨਹੀਂ ਕੱਟਿਆ ਜਾਂਦਾ ਕਿ ਲੋਕਾਂ ਨੂੰ ਦੱਸ ਪਈ ਕਿ ਯਾਰ ਇੰਨੀ ਵਧੀਆ ਫਿਲਮ ਆ ਸਾਡਾ ਟ੍ਰੇਲਰ ਇਜ਼ ਲਿਟਰਲੀ 10% ਆਫ ਆਰ ਫਿਲਮ ਜੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਸਾਨੂੰ ਸੀ ਹੋਰ ਬੈਟਰ ਕਰ ਲਈਏ ਹੋਰ ਬੈਟਰ ਕਰ ਲਈਏ ਆਪਾਂ ਘੱਟੋ ਘੱਟ ਨਹੀਂ ਤਾਂ ਆਈ ਥਿੰਕ 60 ਵਰਜ਼ਨਸ ਕੱਟੇ ਹੋਣੇ ਟ੍ਰੇਲਰ ਦੇ ਜਦੋਂ ਆਪਾਂ ਕੱਟ ਵੀ ਲਿਆ ਨਾ ਤਾਂ ਆਪਾਂ ਕਿਹਾ ਯਾਰ ਥੋੜਾ ਹੋਰ ਬੈਟਰ ਇੱਕ ਦਿਨ ਹੋਰ ਡਿਲੇ ਕਰ ਦਿੰਦੇ ਹਾਂ ਇੱਕ ਦਿਨ ਹੋਰ ਡਿਲੇ ਕਰ ਦਿੰਦੇ ਹਾਂ ਉਹਦੇ ਕਰਕੇ ਆ ਠੀਕ ਹੈ ਤੇ ਗਾਣੇ ਦੀ ਟ੍ਰੇਲਰ ਦੀ ਸ਼ੁਰੂਆਤ ਦੇ ਵਿੱਚ ਹੀ ਬੁਲਟ ਦਾ ਜ਼ਿਕਰ ਆਉਂਦਾ ਹੈ ਮਤਲਬ ਕਾਲਜ ਦੀ ਉਹ ਗੇੜੀ ਤੇ ਉਹ ਆਸ਼ਕੀ ਉਹ ਸਾਰਾ ਕੁਝ ਇੱਕ ਹੀ ਫਿਲਮ ਦੇ ਵਿੱਚ ਪੂਰੀ ਕਾਲਜ ਲਾਈਫ ਜੀ ਲਈ ਗੁਰਨਾਮ ਨੇ ਦੁਬਾਰਾ ਹਾਂਜੀ ਜਦੋਂ ਬੁਲਟ ਆਇਆ ਸੀਗਾ 90s ਦੇ ਦੌਰ 'ਚ ਤਾਂ ਜਿਹਦੇ ਕੋਲ ਬੁਲਟ ਹੁੰਦਾ ਸੀ ਉਹਦੋਂ ਦੀ ਫੁੱਲ ਚੜ੍ਹਾਈ ਹੁੰਦੀ ਸੀ ਰਾਈਟ ਹਣਾ ਤਾਂ ਉਹ ਚੜ੍ਹਾਈ ਨੂੰ ਅਸੀਂ ਪਰ ਸਰਗੁਣ ਨੂੰ ਤੁਸੀਂ ਬੁਲਟ ਰਾਈਡ ਦਿੱਤੀ ਨਹੀਂ ਹੈ ਟ੍ਰੇਲਰ 'ਚ ਤਾਂ ਨਹੀਂ ਦਿੱਤੀ ਬੜੀ ਕੁੜੀਆਂ ਨੂੰ ਹੋਰ ਦਿੱਤੀ ਹੈ ਫਿਰ ਜਾ ਅੱਛਾ ਇੱਕ ਮੈਂ ਬੜਾ ਦਿਲਚਸਪ ਉਹਦੇ ਡਾਇਲੌਗ ਦੀ ਮੈਂ ਸੁਣਿਆ ਤਾਂ ਮੈਨੂੰ ਥੋੜਾ ਜਿਹਾ ਅਜੀਬ ਲੱਗਿਆ ਉਹ ਕਹਿੰਦੀ ਕਿ ਮੈਂ ਬੁਲਟ ਤੇ ਜਾਣਾ ਕਹਿੰਦੇ ਬੁਲਟ ਤੇ ਦੂਰ ਪੈ ਜਾਊਗਾ ਆਪਾਂ ਪੈਦਲ ਪੈਦਲ ਚੱਲ ਪੈਣੇ ਮੇਰੇ ਸਮਝ ਨਹੀਂ ਆਇਆ ਕਿ ਬੁਲਟ ਤੇ ਦੂਰ ਪੈ ਜਾਓ ਪੈਦਲ ਪੈਦਲ ਚੱਲ ਗਲੀ ਚੜ੍ਹਦੀ ਉਮਰ ਦਾ ਜਦੋਂ ਪਿਆਰ ਹੁੰਦਾ ਬੰਦੇ ਨੂੰ ਤਾਂ ਉਹ ਬਹੁਤ ਸਾਰੇ ਐਸੇ ਚਾਹ ਨੇ ਜਿਹੜੇ ਹੁੰਦੇ ਨੇ ਕਿ ਆਪਾਂ ਵੀ ਆਪਾਂ ਤੁਰ ਕੇ ਵਾਕ ਵਾਕ ਸਰ ਰੋਮਾਂਟਿਕ ਵਾਲੀ ਗੱਲ ਆ ਨਾ ਕਿ ਉਹ ਕਹਿੰਦਾ ਕਿ ਆਪਾਂ ਦੂਰ ਪੈ ਜਾਣਾ ਰਸਤੇ 'ਚ ਆਪਾਂ ਡੰਡੀ ਡੰਡੀ ਤੁਰ ਕੇ ਚੱਲਦੇ ਹਾਂ ਤੂੰ ਘੁੰਡ ਕੱਢ ਲਾ ਉਹ ਫੀਲਿੰਗ ਜੀ ਲੈਂਦੇ ਆ ਉਹਦੀ ਫੀਲਿੰਗ ਚੱਕਦੇ ਆ ਬੁਲਟ ਤੇ ਵਾਇਆ ਦੂਰ ਪੈ ਜਾਣਾ ਆਪਾਂ ਡੰਡੀ ਡੰਡੀ ਤੁਰ ਕੇ ਚੱਲੀਏ ਦੋ ਕਦਮ ਸ਼ਗਨਾਂ ਦੇ ਘੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ ਘੁੰਡ ਕੱਢ ਲੈ ਪਤਲੀਏ ਝਾਂਜਰਾਂ ਨੂੰ ਮੇਰੇ ਨਾਂ ਤੇ ਛਣਕਣੀ ਵੰਗਾਂ ਮੇਰੇ ਹੀ ਕਲੇ ਦੇ ਨਾਲ ਖਣਕਣੀ ਮੇਰਾ ਵਿਆਹ ਕਰਵਾਉਣ ਜੀ ਕਰਦਾ ਬਾਪੂ ਨੀ ਮੰਨਦਾ ਮੇਰਾ ਮਾਸਟਰ ਜੀ ਤੁਹਾਡਾ ਧਿਆਨ ਕਿੱਧਰ ਆ ਕੀ ਮਤਲਬ ਸਾਰਾ ਧਿਆਨ ਉੱਧਰ ਲਾਤਾ ਕੁਛ ਧਿਆਨ ਸਾਡੇ ਤੇ ਵੀ ਲਾ ਦੋ ਇਹ ਤਾਂ ਨਿਕਲ ਗਿਆ ਜਿਹੋ ਜਿਹਾ ਨਿਕਲਣਾ ਸੀ ਫੀਲਿੰਗਾਂ ਤਾਂ ਤੁਸੀਂ ਬਹੁਤ ਲਈਆਂ ਤੇ ਫਿਰ ਤੁਸੀਂ ਇੱਥੋਂ ਤੱਕ ਆ ਗਏ ਮਾਰ ਮਾਰ ਵੀ ਮੈਂ ਤੇਰਾ ਵਿਆਹ ਵੀ ਨਹੀਂ ਹੋਣ ਦੇਣਾ ਤੇ ਪਹਿਲਾਂ ਵਿਆਹ ਕਰਾਉਣ ਪਿੱਛੇ ਮਰੀ ਜਾਂਦੇ ਸੀ ਸ਼ਿੱਦਤ ਹੋਊਗੀ ਤਾਂ ਹੀ ਨਫ਼ਰਤ ਹੋਊਗੀ ਜੀ ਪਿਆਰ 'ਚ ਅੱਛਾ ਸਰਗੁਣ ਬੜੀ ਛੇਤੀ ਪਲਟੀ ਮੈਂ ਦੇਖਿਆ ਕਿ ਪਹਿਲਾਂ ਤਾਂ ਕਹਿੰਦੀ ਹੈ ਕਿ ਮੈਂ ਵਿਆਹ ਇਹਦੇ ਨਾਲ ਕਰਾਉਣਾ ਫਿਰ ਬਾਅਦ 'ਚੋਂ ਆ ਗਈ ਵੀ ਨਹੀਂ ਜੀ ਮੈਨੂੰ ਤਾਂ ਸਪੀਕਰਾਂ ਵਾਲਾ ਬੈਡ ਪਸੰਦ ਹੈ ਤੂੰ ਚੱਲ ਮੈਂ ਹੌਲੀ ਹੱਸ ਲੂੰਗੀ ਮੈਂ ਐਂ ਕਰ ਲੂੰਗੀ ਤਾਂ ਇਹ ਬੜਾ ਜਲਦੀ ਇਹ ਟ੍ਰਾਂਜੀਸ਼ਨ ਵੇਖਣ ਨੂੰ ਮਿਲਿਆ ਇਹ ਉਮੀਦ ਸੀਗੀ ਤਾਂ ਇਹਦਾ ਮੁੰਡੇ ਨੇ ਕਿਹਾ ਕਿ ਹੁਣ ਮੈਂ ਤੇਰੇ ਤੇਰੀ ਸੇਲੀ ਨਾਲ ਵਿਆਹ ਕਰਾ ਲਵਾਂ ਨਾਲੇ ਮੁੰਡਾ ਕੁੜੀ ਸੋਹਣੇ ਹੋਣੇ ਚਾਹੀਦੇ ਆ ਸਮਾਨ ਤਾਂ ਆਪੇ ਸੋਹਣਾ ਲੱਗਦਾ ਕਿ ਤੁਸੀਂ ਇਹਨਾਂ ਨੂੰ ਪੁੱਛ ਲਓ ਮੈਨੂੰ ਤਾਂ ਸਪੀਕਰਾਂ ਵਾਲਾ ਬੈਡ ਚੰਗਾ ਲੱਗਦਾ ਤੇ ਅੱਛਾ ਇਹ ਵੀ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿਉਂਕਿ ਸਹੁਰਿਆਂ ਦਾ ਪਿੰਡ ਹੈ ਟਾਈਟਲ ਬਹੁਤ ਸੋਹਣਾ ਹੈ ਸਹੁਰਿਆਂ ਦਾ ਪਿੰਡ ਆ ਗਿਆ ਸਰਗੁਣ ਦੇ ਸਹੁਰਿਆਂ ਦਾ ਕੀ ਰਿਐਕਸ਼ਨ ਸੀਗਾ ਵਾਟ ਵਾਸ ਰਵੀਜ਼ ਰਿਐਕਸ਼ਨ ਟੂ ਦਿਸ ਟਾਈਟਲ ਔਰ ਟੌਂਟ ਮਾਰਿਆ ਕਿ ਸਹੁਰੇ ਮੈਂ ਤਾਂ ਸਹੁਰੇ ਤਾਂ ਤੇਰੇ ਇੱਥੇ ਹੀ ਹੈ ਬੀਬਾ ਤੂੰ ਜਿੱਥੇ ਮਰਜ਼ੀ ਚੱਲੀ ਘੁੰਮੀ ਚੱਲ ਨਹੀਂ ਨਹੀਂ ਟੌਂਟ ਟੂੰਟ ਤਾਂ ਨਹੀਂ ਮਾਰਿਆ ਬਟ ਉਹਨਾਂ ਨੂੰ ਟ੍ਰੇਲਰ ਬਹੁਤ ਵਧੀਆ ਲੱਗਿਆ ਹੈ ਨਾ ਤੇ ਇਹ ਐਕਚੁਅਲੀ ਮੇਰੇ ਸਹੁਰੇ ਬਹੁਤ ਕਿਊਟ ਨੇ ਹੈ ਨਾ ਮੈਂ ਸਾਰੇ ਇੰਟਰਵਿਊਜ਼ 'ਚ ਆਹੀ ਕਹਿ ਰਹੀ ਹਾਂ ਮੈਂ ਕਿਹਾ ਪਤਾ ਨਹੀਂ ਲੋਕ ਕੀ ਐਕਸਪੈਕਟ ਕਰ ਰਹੇ ਉਹਨੇ ਕਹਿੰਦੇ ਕੀ ਕੀਤਾ ਤੁਸੀਂ ਜਦੋਂ ਪਹਿਲੀ ਵਾਰੀ ਗਏ ਸੀ ਕੀ ਹੋਇਆ ਤੁਹਾਡੀ ਮੈਂ ਕਿਹਾ ਉਹ ਤਾਂ ਵਿਚਾਰੇ ਮੈਨੂੰ ਟ੍ਰੀਟ ਹੀ ਨਹੀਂ ਕਰਦੇ ਹੈ ਨਾ ਕਿ ਲਾਈਕ ਆਮ ਡਾਟਰ ਇਨ ਲਾਅ ਜਾਂ ਮੈਨੂੰ ਉਹ ਸਹੁਰੇ ਲੱਗਦੇ ਹੀ ਨਹੀਂ ਤਾਂ ਮੈਨੂੰ ਪਤਾ ਹੀ ਨਹੀਂ ਕਿ ਸਹੁਰਿਆਂ ਦਾ ਪਿੰਡ ਕਿਹੋ ਜਿਹਾ ਹੁੰਦਾ
ਔਨ ਸੈਟ ਮਸਤੀ ਦੀ ਮੈਂ ਗੱਲ ਕਰਾਂ ਤਾਂ ਅੱਜ ਕਿਹੜੀਆਂ ਉਹ ਚੀਜ਼ਾਂ ਰਿਕਾਲ ਕਰਦੇ ਹੋ? ਬਿਕਾਜ਼ ਇਹ ਜਰਨੀ ਫਿਲਮ ਦੀ ਅਸੀਂ ਵੇਖਦੇ ਹਾਂ ਕਿ 2 ਸਾਲਾਂ ਦੇ ਵਿੱਚ ਮੁੱਕ ਜਾਂਦੀ ਹੈ। ਅੱਜ ਅਸੀਂ ਹਜੇ ਰਿਲੀਜ਼ ਤੋਂ ਪਹਿਲਾਂ ਦੇ ਖੜੇ ਹਾਂ ਕਿ 3 ਸਾਲ ਹੋ ਚੁੱਕੇ ਨੇ ਇਸ ਪੂਰੇ ਪ੍ਰੋਸੈਸ ਨੂੰ, ਹਨਾ। ਜਦੋਂ ਟ੍ਰੇਲਰ ਰਿਕਾਲ ਕਰਦੇ ਹੋ ਤਾਂ ਕਿਹੜੀ ਕੋਈ ਯਾਦ ਜਿਹੜੀ, ਕਿਉਂਕਿ ਹਰ ਮੂਵੀ ਦੇ ਨਾਲ ਇੱਕ ਸਪੈਸੀਫਿਕ ਯਾਦ ਜੁੜ ਜਾਂਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਹੁਰਿਆਂ ਦੇ ਪਿੰਡ ਦਾ ਜ਼ਿਕਰ ਹੋਊਗਾ ਤਾਂ ਗੁਰਨਾਮ ਨੂੰ ਉਹ ਚੀਜ਼ ਸਭ ਤੋਂ ਪਹਿਲਾਂ ਯਾਦ ਆਊਗੀ ਕਿ ਯਾਰ ਫਿਲਮ ਦੇ ਨਾਲ ਜੁੜੀ। ਇਸ ਫਿਲਮ ਦੀ ਪਹਿਲੇ ਦਿਨ ਦਾ ਸ਼ੂਟ ਤੋਂ ਲੈ ਕੇ 8 ਜੁਲਾਈ ਤੱਕ ਅਜੇ ਵੀ ਫਿਲਮ ਹਟ ਨਹੀਂ ਰਹੀ, ਆਪਦੀ ਕਹਾਣੀ ਲਿਖ ਰਹੀ ਹੈ। ਸੋ ਬਹੁਤ ਇਹ ਫਿਲਮ ਬਹੁਤ ਕਰੇਜ਼ੀ, ਜਿਹਨੂੰ ਕਹਿੰਦੇ ਆ ਕਰੇਜ਼ੀ ਆ, ਬਾਗੀ ਆ, ਅਤੇ ਬਹੁਤ ਸਾਰੀਆਂ ਐਸੀਆਂ ਯਾਦਾਂ ਸ਼ਾਇਦ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਨਾ ਕਰ ਸਕਾਂ। ਪਰ ਅਸੀਂ ਬਹੁਤ ਤਰਸੇ ਹਾਂ ਇਸ ਫਿਲਮ ਲਈ ਕਿ ਯਾਰ ਹੁਣ ਆ ਜੇ ਹੁਣ ਫਾਈਨਲੀ ਕਿੰਨੀ ਵਾਰੀ ਦੀ ਡੇਟ ਅਨਾਊਂਸ ਹੋਈ ਕਿ ਇਸ ਡੇਟ ਨੂੰ ਆ ਰਹੀ ਹੈ, ਫਿਰ ਕੁਛ ਹਡਲ ਆ ਜਾਂਦਾ ਕਿ ਨਹੀਂ ਆ ਨਹੀਂ ਹੋ ਸਕਦਾ, ਐਂ ਕਰਨਾ ਪੈਣਾ। ਸੋ ਬੇਸਿਕਲੀ ਇੱਕ ਯਾਦ ਜਿਹੜੀ ਮੇਰੀ ਸਹੁਰਿਆਂ ਦੇ ਪਿੰਡ ਨਾਲ ਹਮੇਸ਼ਾ ਰਹੂਗੀ ਕਿ ਯਾਰ ਜਦ ਤੱਕ ਇਹ ਰਿਲੀਜ਼ ਨਹੀਂ ਹੁੰਦੀ ਮੈਨੂੰ ਐਂ ਧੁੜਕੋ ਹੀ ਲੱਗਿਆ ਰਿਹਾ ਵੀ ਕੀ ਬਣੂਗਾ ਕੀ ਬਣੂਗਾ ਕੀ ਬਣੂਗਾ, ਸ਼ੋਰਟੀ ਨਹੀਂ ਹੁੰਦੀ ਵੀ ਆ ਜੂਗੀ। ਸਰਗੁਣ, ਤੁਹਾਡੀ ਕੋਈ ਇਸ ਤਰ੍ਹਾਂ ਦੀ ਯਾਦ? ਤੇ ਖਾਸ ਤੌਰ ਤੇ ਇਸ ਤੋਂ ਪਹਿਲਾਂ ਜਦੋਂ ਆਪਾਂ ਮਿਲੇ, ਆਪਾਂ ਸੌਂਕਣ ਸੌਂਕਣੇ ਦੇ ਰਿਲੀਜ਼ ਤੋਂ ਪਹਿਲਾਂ ਮਿਲੇ ਸੀ, ਹਨਾ, ਉਹੀ ਜੌਨਰ ਲੱਗ ਰਿਹਾ, ਉਸ ਤੋਂ ਡਿਫਰੈਂਟ ਸਰਗੁਣ ਕੀ ਡਿਲੀਵਰ ਕਰ ਰਹੀ ਹੈ? ਜੌਨਰ ਦੇਖੋ ਉਹੀ ਆ, ਹੈ ਨਾ, ਇਟਸ ਅ ਫੈਮਿਲੀ ਐਂਟਰਟੇਨਰ ਕਾਮੇਡੀ। ਅਤੇ ਆਈ ਥਿੰਕ ਆ ਇੱਕ ਗੱਲ ਰਹੀ ਆ ਕਿ ਕੋਵਿਡ ਤੋਂ ਬਾਅਦ ਮੈਨੂੰ ਸੀ ਕਿ ਜਿਹੜੀ ਵੀ ਮੇਰੀਆਂ 2-4 ਫਿਲਮਾਂ ਬੈਕ ਟੂ ਬੈਕ ਹੋਣੇ ਆਉਣ ਨਾ, ਉਹ ਥੋੜ੍ਹਾ ਜਿਹਾ ਐਸੇ ਜੋਨਰ 'ਚ ਹੋਣ, ਬਿਕੋਜ਼ ਮੈਨੂੰ ਲੱਗਦਾ ਕਿ ਲੋਕ ਹਜੇ ਬਹੁਤ ਸਟ੍ਰੈਸ 'ਚ ਰਹੇ ਨੇ, ਹੈ ਨਾ। ਇੱਕ ਤੁਹਾਨੂੰ ਲਾਈਟ ਹਾਰਟਿਡ ਜੀ ਫਿਲਮ ਚਾਹੀਦੀ ਹੁੰਦੀ ਹੈ, ਕਦੇ ਕਦੇ ਮਾਹੌਲ ਹੁੰਦਾ ਇਹੋ ਜਿਹਾ, ਹੈ ਨਾ, ਕਿ ਤੁਹਾਨੂੰ ਚਾਹੀਦਾ ਕਿ ਯਾਰ ਹੁਣੇ ਮੈਨੂੰ ਕੁਛ ਨਾ ਦੱਸੋ, ਮੈਨੂੰ ਕੁਛ ਨਾ ਸਿਖਾਓ, ਹੈ ਨਾ, ਮੈਨੂੰ ਕੁਛ ਨਹੀਂ ਜਾਣਨਾ, ਮੈਨੂੰ ਬਸ ਲਾਈਟ ਹਾਰਟਿਡ ਜੀ ਜਾਓ, ਸਟ੍ਰੈਸ ਫਰੀ ਹੋ ਕੇ ਬਾਹਰ ਆ ਜਾਓ। ਸੌਂਕਣ ਸੌਂਕਣੇ 'ਚ ਜਿਹੜੀ ਕੁੜੀ ਸੀ ਉਹਨੇ ਆਪ ਬੜੀ ਚਲਾਕੀ ਕਰਕੇ, ਹੈ ਨਾ, ਦੂਜੀ ਕੁੜੀ ਲੈ ਕੇ ਆਈ ਸੀ, ਬਟ ਜਦੋਂ ਤੁਸੀਂ ਫਿਲਮ 'ਚ ਦੇਖਦੇ ਹੋ ਬਹੁਤ ਹੀ ਵੈਸੇ ਉਹ ਵਿਚਾਰੀ ਚਲਾਕ ਨਹੀਂ ਸੀ, ਹੈ ਨਾ, ਉਹ ਤਾਂ ਮਤਲਬ ਦੱਬੀ ਹੋਈ ਸੀ, ਇੱਧਰ ਥੋੜ੍ਹੀ ਜਿਹੀ ਚਲਾਕ ਥੋੜ੍ਹੀ। ਸਾਰੀਆਂ ਚਿੜੀਆਂ ਨੂੰ ਪਿਆਰ ਦਾ ਚੁੱਗਾ ਪਾ ਕੇ ਆਪਣੇ ਜਾਲ ਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਰਕੇ ਆਪਾਂ ਕੱਲ ਸਵੇਰੇ ਟਰੱਕ ਭਰ ਕੇ ਵੈਸ਼ਨੂੰ ਦੇਵੀ ਜਾ ਰਹੇ ਹਾਂ, ਤਾਂ ਕਿ ਕਿਸੇ ਵੀ ਮੇਰੀ ਭੈਣ ਚਿੜੀ ਦੇ ਉੱਤੇ ਪਿਆਰ ਦਾ ਭੂਤ ਨਾ ਚੜੇ, ਤਾੜੀਆਂ ਮਾਰੋ। ਥੋੜੀ ਜ਼ਿਆਦਾ ਉਹ ਤੋਂ ਥੋੜੀ ਜ਼ਿਆਦਾ ਕਿ ਥੋੜੀ ਤੋਂ ਹੋਰ ਥੋੜੀ ਜਿਹੀ ਜ਼ਿਆਦਾ ਚਲਾਕ ਆ। ਤੇ ਉੱਥੇ ਨਿਮਰਤ ਜ਼ਿਆਦਾ ਲੜਾਕੀ ਸੀ, ਅੱਛਾ, ਇੱਧਰ ਮੈਂ ਥੋੜੀ ਜ਼ਿਆਦਾ ਲੜਾਕੀ। ਨਹੀਂ ਵੈਸੇ ਸਾਨੂੰ ਫਿਲਮ ਦੇ ਵਿੱਚ ਇਦਾਂ ਦਾ ਕੁਝ ਲੱਗਿਆ ਨਹੀਂ, ਨਿਮਰਤ ਜ਼ਿਆਦਾ ਲੜਾਕੀ, ਮੈਂ ਲੜਾਕੀ ਲੱਗੀ ਤੁਹਾਨੂੰ? ਅੱਛਾ, ਬ੍ਰੇਕਅਪ ਦਾ ਜ਼ਿਕਰ ਹੋਇਆ ਤੇ ਬੜੇ ਸੋਹਣੇ ਤੇ ਕਿਊਟ ਤਰੀਕੇ ਨਾਲ ਬ੍ਰੇਕਅਪ ਨੂੰ ਇਸ ਮੂਵੀ ਦੇ ਵਿੱਚ ਵਿਖਾਇਆ ਜਾਣ ਵਾਲਾ ਹੈ ਟ੍ਰੇਲਰ, ਕਿਉਂਕਿ ਅਸੀਂ ਵੇਖ ਲਿਆ। ਸੋ ਬਹੁਤ ਕਿਊਟ ਡੈਫੀਨੇਸ਼ਨ ਬ੍ਰੇਕਅਪ ਦੀ, ਹੈ ਨਾ, ਤੇ ਉਸ ਦੌਰ ਦਾ ਬ੍ਰੇਕਅਪ ਹੋਰ ਵੀ ਕਿਊਟ ਲੱਗ ਰਿਹਾ। ਰੀਅਲ ਲਾਈਫ ਦੇ ਵਿੱਚ ਸੀਡੀਜ਼ ਦੇ ਨਾਲ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਗਾਣੇ ਭਰਾਏ ਹੋਣ ਬ੍ਰੇਕਅਪ ਤੋਂ ਬਾਅਦ? ਨਹੀਂ, ਮੈਂ ਨਹੀਂ ਭਰਾਏ ਗਾਣੇ, ਉਦੋਂ ਡਾਊਨਲੋਡਿੰਗ ਡਾਊਨਲੋਡ ਹੁੰਦੇ ਸੀ, ਮੈਂ ਉਦੋਂ ਕਿਹੜੇ ਬਹੁਤ ਗਾਣੇ ਡਾਊਨਲੋਡ ਕੀਤੇ, ਕੀੜੇ ਪੈਣ ਗਏ, ਪਰ ਮੇਰਾ ਐਸਨ ਕਦੀ ਅਫੀਸ਼ੀਅਲ ਜਿਹਾ ਬ੍ਰੇਕਅਪ ਹੋਇਆ ਹੀ ਨਹੀਂ ਕਦੀ। ਮੈਂ ਨਾ ਕਿ ਤੂੰ ਸਪੇਰਾ ਇਹ ਕਿੱਦਾਂ ਹੋ ਸਕਦਾ? ਮਤਲਬ ਹੁਣ ਹਾਰਟ ਥਰੋਬ ਬਣੇ ਹੋਏ ਹੋ ਤੁਸੀਂ ਕੁੜੀਆਂ ਦੇ, ਤੇ ਤੁਹਾਡਾ ਰਿਲੇਸ਼ਨਸ਼ਿਪ ਨਹੀਂ ਰਿਹਾ? ਹੁਣ ਨਹੀਂ ਰਿਹਾ ਜੀ, ਕੀ ਕਰੀਏ, ਨਹੀਂ ਰਿਹਾ ਸਰ, ਇਹ ਤਾਂ ਤੁਹਾਡੇ ਲੱਗ ਕੇ ਕੰਪਲੇਂਟ ਹੋ ਗਈ, ਇਹਦੇ ਕੁੜੀ ਨਹੀਂ ਲੱਗ ਕੀਤੀ ਤੁਸੀਂ ਯਾਰ, ਪੱਕਾ ਹੋਣਾ ਇਹਨੇ ਦੱਸਣਾ ਜੀ। ਰਵੀ ਤੋਂ ਪਹਿਲਾਂ ਤੁਹਾਡਾ ਕੋਈ ਬ੍ਰੇਕਅਪ ਦਾ ਇਸ ਤਰ੍ਹਾਂ ਦਾ ਸੀਨ ਰਿਹਾ? ਹਾਂ, ਮੇਰੇ ਤਾਂ ਬਹੁਤ ਬ੍ਰੇਕਅਪ ਹੋਇਆ, ਬਟ ਮੈਨੂੰ ਬ੍ਰੇਕਅਪ ਤੋਂ ਬਾਅਦ ਆਏ ਸੈਡ ਗਾਣੇ ਸੁਣਨ ਦਾ ਸ਼ੌਂਕ ਕਦੇ ਵੀ ਨਹੀਂ ਸੀ। ਬ੍ਰੇਕਅਪ ਤੋਂ ਬਾਅਦ ਮੈਂ ਬਹੁਤ ਵਧੀਆ ਗਾਣੇ, ਹੋਰ ਟੱਪਣ ਵਾਲੇ ਗਾਣੇ ਸੁਣਦੀ ਹਾਂ, ਕਿ ਮੈਨੂੰ ਲੱਗਦਾ ਕਿ ਮੂਡ ਕਦੇ ਆਫ ਹੋਵੇ ਨਾ। ਜਿੱਦਾਂ ਕਿ ਫੇਵਰੇਟ ਕੋਈ ਟਰੈਕ ਸੁਣਿਆ ਹੋਵੇ, ਮਤਲਬ ਜੇ ਹੁਣ ਦੇ ਟਾਈਮ 'ਚ ਮੇਰਾ ਬ੍ਰੇਕਅਪ ਹੋਇਆ ਹੁੰਦਾ ਤਾਂ ਫਿਰ ਮੈਂ ਸੁਣਦੀ ਨਾਚ ਪੰਜਾਬਣ ਨਾਚ ਮਜ਼ਾ, ਫਿਰ ਮਤਲਬ ਮੈਂ ਇਹੋ ਜਿਹੀ ਆ, ਹੈ ਨਾ, ਕਿ ਮੈਂ ਬਹੁਤ ਹੀ ਜਿੰਨਾ ਵੀ ਪੈਪੀ ਨੰਬਰ ਹੋਊਗਾ ਨਾ ਮੈਂ ਉਹ ਸੁਣੂੰਗੀ, ਜਿਹੜਾ ਵੀ ਉਸ ਟਾਈਮ ਦਾ ਸਭ ਤੋਂ ਪੈਪੀ ਨੰਬਰ ਹੋਊਗਾ। ਗੁਰਨਾਮ, ਬ੍ਰੇਕਅਪ ਨਹੀਂ ਕੀਤਾ ਪਰ ਪਿਆਰ ਤਾਂ ਕੀਤਾ ਬਹੁਤ ਵਾਰ ਜੀ, ਹਰ ਰੋਜ਼, ਹਰ ਰੋਜ਼ ਬ੍ਰੇਕਫਾਸਟ। ਫਿਰ ਤਾਂ ਤੁਹਾਨੂੰ ਬਹੁਤ ਸਾਰੇ ਗਾਣੇ ਲੱਭਣੇ ਪਏ ਹੋਣਗੇ। ਨਹੀਂ ਨਹੀਂ, ਮੈਂ ਆਪ ਲਿਖਣ ਲੱਗ ਗਿਆ। ਆਪ ਲਿਖਣ ਲੱਗ ਗਿਆ। ਅੱਛਾ, ਇੱਕ ਆਪ ਵੀ ਬੜਾ ਇੰਟਰਸਟਿੰਗ ਹੈ ਕਿ ਗੁਰਨਾਮ ਇਸ ਮੂਵੀ ਦੇ ਵਿੱਚ ਵੀ, ਇਸ ਤੋਂ ਪਹਿਲਾਂ ਵੀ ਅਸੀਂ ਵੇਖਿਆ, ਬਹੁਤ ਸਾਰੇ ਗਾਣੇ ਖੁਦ ਹੀ ਲਿਖਦੇ ਵੀ ਨੇ, ਕੰਪੋਜ਼ ਵੀ ਕਰਦੇ ਨੇ, ਗਾਉਂਦੇ ਵੀ ਨੇ। ਪ੍ਰੋਡਿਊਸਰ ਨਾਲ ਪਹਿਲਾਂ ਹੀ ਕੋਈ ਟਾਈ ਅਪ ਹੋ ਜਾਂਦਾ ਕਿ ਆਪਾਂ ਸੱਸੇ 'ਚ ਕੰਮ ਆਏ ਨੇ? ਮੈਂ ਮਿਊਜ਼ਿਕ ਦੇ ਪੈਸੇ ਵੀ ਮੈਂ ਹੀ ਲੈਣਾ। ਮੈਂ ਹੀ ਲੈਣਾ, ਮਤਲਬ ਆਪਾਂ ਕਸਰ ਨਹੀਂ ਛੱਡਣੀ ਹੈਗੀ ਕਿ ਮਤਲਬ ਜੇ ਮੈਂ ਕਰ ਲਿਆ ਤਾਂ ਮੈਂ ਕੋਈ ਰਿਆਇਤ ਦੇਣਾ। ਨਹੀਂ, ਮੈਂ ਬਹੁਤ ਕਨੈਕਟ ਕਰਦਾ ਜੀ, ਮਤਲਬ ਮੈਨੂੰ ਉੱਦਾਂ ਗਾਣੇ ਲਿਖਣੇ, ਮੈਂ ਬਹੁਤ ਜ਼ਿਆਦਾ ਗਾਣੇ ਨਹੀਂ ਲਿਖਦਾ, ਸਾਲ 'ਚ ਵੱਧ ਤੋਂ ਵੱਧ 10-15 ਗਾਣੇ ਲਿਖਦਾ ਹੋਊਗਾ। ਇਹ ਨਹੀਂ ਕਿ ਮੈਂ ਹਰ ਰੋਜ਼ ਲਿਖਣਾ ਮੇਰਾ ਕੋਈ ਕੰਮ ਹੈ, ਉਹ ਮੇਰਾ ਸ਼ੌਕ ਹੈ। ਅਤੇ ਜਦੋਂ ਫਿਲਮ ਦੀ ਸਕ੍ਰਿਪਟ ਸੁਣਦੇ ਹਾਂ ਤਾਂ ਉਦੋਂ ਵੀ ਕੋਈ ਇਹ ਨਹੀਂ ਹੁੰਦਾ ਕਿ ਸਾਰੇ ਗਾਣੇ ਮੈਂ ਹੀ ਲਿਖਣੇ, ਮੈਂ ਇਹ ਕਹਿੰਦਾ ਕਿ
एक ऑप्शन मैं भी दूंगा गाने की लकीली मेरे डायरेक्टर मेरे वाले ज्यादा पसंद आए तो फिल्म च आया मैं हाँ जी हूँ मैं हौली हौली उन्हें एक डायलॉग लिखा हूँ मैं सीन लिखूंगा अंबरदीप का नाम सुन के हमेशा पहला ही एस होंदी है बस आ डिसाइड करना होंदा कि इस बारी आपां की नवा करना है ना गल वो होंगी आई थिंक जिन्नी भी मैं उन्होंने नाल फिल्मा की सारी बहुत वक् सी है ना भावें अंग्रेज होवे लव पंजाब होगी लाहौरी होगी सारी तीनों च उन्होंने भी मैनू बहुत कुछ करन दा मौका दिता बिल्कुल अलग करैक्टर सी सौंकण च बिल्कुल अलग सी हुण जदों तुसीं सहुरे दा पिंड देखोगे तुहानू बिल्कुल ही अलग कुड़ी दिखूगी है ना सौंकण चो थोड़ी जी मच्योर भी सीगी है ना वो एज ग्रुप भी वह जहा सीगा है ना वड्डी भैण सी है ना ते ते आ फिल्म बिल्कुल मडीर वाली फिल्म है ना कॉलेज गोइंग गर्ल है ना उवें दी उवें दा करैक्टर हजे कच्चा जिहा दिमाग आ कच्चा जिहा मन आ ते उहनां दे नाल काम करके बहुत ही इज़ वन ऑफ माई फेवरेट राइटर्स है ना अंबरदीप का नाम सुन के पहली गल तो हाँ ही होंगी है बस आ डिसाइड करना है कि इस बारी की करना डायरेक्टर साहब नूं इनपुट्स दित्तियां कोई सैट ते या फिर उन्हां दे कहे मुताबिक ही चले वी क्षितिज ने जो कहता वो ठीक है मोस्टली 95% तो मैं डायरेक्टर दे कहे मुताबिक ही चलदी हाँ है ना भावे कोई भी होवे मैनू लगता है कि जिहड़ा बंदा इन्ने चिर तो काम कर रहा है एक स्टोरी ते है ना वो राइटर नाल बैठा जदों तक जे मैं नहीं बैठी राइटर दे नाल एवरीडे बेसिस जिवें सौंकण आपां फर्स्ट डे तो कट्ठे ही बैठे तो उत्थे एक अलग सीन हुंदा क्योंकि उत्थे मैं प्रोड्यूसर सी तां पहले दिन तो आपां नाल बैठ जुड़े हुए सी इहदे च मैं जदों स्टोरी रेडी होगी उदों आए बट इट्स मोस्टली ऑल क्षितिज चौधरी ਤੇ ਗੁਰਨਾਮ ਇਸ ਤੋਂ ਪਹਿਲਾਂ ਅਸੀਂ ਵੇਖਿਆ ਕਿ ਤੁਸੀਂ ਗੁੜੀਆਂ ਕੁੜੀਆਂ ਦੇ ਲਈ ਗੁੱਡੀਆਂ ਪਟੋਲੇ ਸੁਰਖੀ ਬਿੰਦੀ ਇਸ ਤਰ੍ਹਾਂ ਦੇ ਕਨਸੈਪਟ ਜਿਸ ਤੇ ਤੁਸੀਂ ਪ੍ਰਮੋਟ ਕਰਦੇ ਨਜ਼ਰ ਆਏ ਸੀ ਸਪੋਰਟ ਕਰਦੇ ਨਜ਼ਰ ਆਏ ਸੀ ਪਰ ਇੱਥੇ ਤੁਸੀਂ ਕਿਤੇ ਨਾ ਕਿਤੇ ਟਾਕਰੇ 'ਚ ਖੜੇ ਨਜ਼ਰ ਆ ਰਹੇ ਹੋ ਕਿ ਗੁਰਨਾਮ ਆ ਗਏ ਤੇ ਸਰਗੁਣ ਆ ਜਾ ਫਿਰ ਤੈਨੂੰ ਮੈਂ ਵੀ ਕਹਿੰਦਾ ਬਹੁਤ ਹੋ ਗਿਆ ਹੁਣ ਹੁਣ ਮੈਂ ਤੁਹਾਨੂੰ ਦੱਸਾਂ ਬਹੁਤ ਹੋ ਗਿਆ ਚਾਕਲੇਟ ਭਾਈ ਹੁਣ ਮੈਂ ਵੀ ਨਾਲ ਖੜੂੰਗਾ ਹੁਣ ਮੇਰੇ ਹੱਕਾਂ ਦੀ ਗੱਲ ਆ ਗਈ ਹੈ ਹੁਣ ਮੈਂ ਅਸਲੀਅਤ ਲੈ ਕੇ ਪਹਿਲਾਂ ਮਤਲਬ ਐਵੇਂ ਸਾਰਿਆਂ ਨੂੰ ਲੱਗਦਾ ਸੀ ਕਿ ਮੈਂ ਬਹੁਤ ਸਵੀਟ ਹਾਂ ਚੰਗਾ ਮੁੰਡਾ ਮੈਂ ਹੈ ਨਹੀਂ ਚੰਗਾ ਜੈਸਮੀਨ ਬਾਜਵਾ ਪਰਫਾਰਮ ਕਰ ਰਹੇ ਨੇ ਹੋਰ ਬਹੁਤ ਕੁੜੀਆਂ ਨੇ ਸੈਕਿੰਡ ਹਾਫ ਤਾਂ ਬਹੁਤ ਕੁੜੀਆਂ ਨੇ ਬਾਜਵਾ ਜਸ ਬਾਜਵਾ ਦੀ ਗੱਲ ਕਰੇ ਜਿਵੇਂ ਉਹ ਭੁੰਡ ਜਾ ਆਪਣਾ ਚੁੱਕ ਦਿੰਦੇ ਨਾ ਐਂ ਲੱਗਦਾ ਕਿ ਉਹਨੂੰ ਵਾਲ ਕਾਲਾ ਹੈ ਵਾਲ ਕਾਲਾ ਹੈ ਬਹੁਤ ਪਿਆਰਾ ਕਰੈਕਟਰ ਕੀਤਾ ਉਹਨਾਂ ਨੇ ਜਸ ਬਾਜਵਾ ਬਾਈ ਆ ਸੋ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਾਰਿਆਂ ਦੀ ਫਿਲਮ ਆ ਮੇਰੀ ਇਕੱਲੇ ਦੀ ਫਿਲਮ ਨਹੀਂ ਅਤੇ ਪਰ ਹਾਂ ਜਿਹੜੀ ਸਟੋਰੀ ਆ ਜਿਹੜਾ ਜਿਹੜਾ ਸੈਂਟ੍ਰਿਕ ਕਹਿ ਲਓ ਕਿ ਉਹ ਮੁੰਡੇ ਕੁੜੀ ਦੇ ਆਸ ਪਾਸ ਸਪੀਕਰਾਂ ਵਾਲੇ ਬੈਡ 'ਚ ਫਿਰ ਕਿਹੜੇ ਗਾਣੇ ਸੁਣੇ ਸਰ ਸੁਣਨ ਦਾ ਚਿੱਤ ਤਾਂ ਬਹੁਤ ਸੀ ਹੁਣ ਪਤਾ ਲੱਗੂ ਇਹਨੇ ਲੈਣ ਵੀ ਦਿੱਤਾ ਬੈਠ ਕੇ ਨਹੀਂ ਲੈਣ ਦਿੱਤਾ ਸਪੀਕਰ ਕੱਢ ਕੇ ਰਿਬਨ ਕਟਾਉਂਗੇ ਕਿ ਤੁਸੀਂ ਨਸ ਵੱਢਣੀ ਅਗਲੇ ਦੀ ਵੱਢਣਾ ਤਾਂ ਮੈਂ ਨਸ ਹੀ ਚਾਹੁੰਦੀ ਹਾਂ ਹੁਣ ਪਤਾ ਲੱਗੂ ਕਿ ਮੈਂ ਰਿਬਨ ਵੀ ਕੱਟੇ ਕਿ ਨਹੀਂ ਬਿਲਕੁਲ ਇਹ ਐਕਸਾਈਟਮੈਂਟ ਜ਼ਰੂਰ ਬਣੀ ਹੋਈ ਹੈ ਕਿ ਐਂਡ ਤੇ ਹੋਣਾ ਕੀ ਹੈ ਕਿਉਂਕਿ ਸੌਂਕਣ ਸੌਂਕਣੇ ਦੇ ਵਿੱਚ ਤਾਂ ਸਹੁਰਿਆਂ ਦੇ ਪਿੰਡ ਪਹੁੰਚ ਹੀ ਗਏ ਸੀ ਤੇ ਆਏ ਸਹੁਰਿਆਂ ਦੇ ਪਿੰਡ ਕਿੱਥੇ ਪਹੁੰਚਣਾ ਅੱਛਾ ਇੱਕ ਹੋਰ ਇਹ ਗੱਲ ਵੀ ਮੈਂ ਨੋਟ ਕੀਤੀ ਕਿ ਸਹੁਰਿਆਂ ਦਾ ਪਿੰਡ ਉਹੀ ਹੈ ਟਾਈਟਲ ਤੁਸੀਂ ਛੇੜਿਆ ਨਹੀਂ ਹੈਗਾ ਮੁੰਡਾ ਭਾਵੇਂ ਬਦਲ ਜਾਏ ਪਰ ਪਿੰਡ ਉਹੀ ਬਰਕਰਾਰ ਹੈ ਕਿ ਮੈਂ ਆਉਂਗੀ ਤਾਂ ਉੱਥੇ ਹੀ ਆਉਂਗੀ ਜਿਕਰ ਨੀ ਹੋਇਆ ਜਾਂ ਕਿਹੜੇ ਉਹ ਸ਼ਖਸ ਨੇ ਕਿਰਦਾਰ ਨੇ ਉਹ ਸਾਹਮਣੇ ਆਉਣਗੇ ਉਹ ਵਿਚੋਲਿਆਂ ਦਾ ਰਿਹਾ ਹੈਨਾ ਵਿਚੋਲਿਆਂ ਨੇ ਬੜਾ ਭਰਥੂ ਪਾਇਆ ਤੇ ਮੌਜੂਦਾ ਸਮੇਂ ਦੀ ਜੇ ਗੱਲ ਕੀਤੀ ਜਾਏ ਸਰਗੁਣ ਵਿਚੋਲਿਆਂ ਦਾ ਇਹ ਕਾਨਸੈਪਟ ਕਿੰਨਾ ਕੁ ਕਾਮਯਾਬ ਨਜ਼ਰ ਆਉਂਦਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਰਹੇਗਾ ਮੈਨੂੰ ਨਹੀਂ ਲੱਗਦਾ ਕਿ ਹੁਣ ਵਿਚੋਲੇ ਇਹੋ ਜਿਹੀ ਗਲਤੀ ਕਰ ਸਕਦੇ ਹੁਣ ਤਾਂ ਬੰਦੇ ਤਫਤੀਸ਼ ਹੀ ਬਹੁਤ ਕਰਦੇ ਆ ਹੈ ਨਾ ਆ ਫੋਟੋ ਤਾਂ ਛੱਡੋ ਉਹਦੇ ਬਾਅਦ ਮਤਲਬ ਇੰਸਟਾਗ੍ਰਾਮ 'ਤੇ ਅੱਧੀ ਰਿਪੋਰਟ ਨਿਕਲਦੀ ਆ ਫਿਰ ਫੇਸਬੁੱਕਾਂ 'ਤੇ ਨਿਕਲਦੀ ਆ ਫਿਰ ਆਸ ਪਾਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਹੁਣ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਗਲਤੀ ਕੋਈ ਕਰ ਕੁੜੀ ਵਾਲੀ ਚਲਾਕ ਹੋਵੇ ਕਹੇ ਮੰਮੀ ਜੋ ਤੁਸੀਂ ਦੇਖ ਲਿਆ ਬਸ ਉਹ ਠੀਕ ਹੈ ਫਿਰ ਹੁਣ ਉਹ ਚਲਾਕੋ ਚਲਾਕੋ ਨਹੀਂ ਰਹੀ ਨਾ ਜਦੋਂ ਪਤਾ ਲੱਗਿਆ ਕਿ ਮੁੰਡਾ ਹੀ ਨਹੀਂ ਮਿਲਿਆ ਕਾਹਦੀ ਚਲਾਕ ਵਿਚਾਰੀ ਤੁਹਾਨੂੰ ਕੀ ਲੱਗਦਾ ਗੁਰਨਾਮ ਪਿੰਡਾਂ ਦੇ ਵਿੱਚ ਕਿੰਨਾ ਕੁ ਕਾਮਯਾਬ ਹੈ ਵਿਚੋਲਿਆਂ ਵਾਲਾ ਕੰਸੈਪਟ
ਹੁਣ ਤੱਕ ਤਾਂ ਸਾਰਾ ਕੁਝ ਵਿਚੋਲਿਆਂ ਦੇ ਸਿਰ ਤੇ ਹੁੰਦਾ ਹੈ ਜੀ ਸਾਡੇ ਪਰਿਵਾਰਾਂ 'ਚ ਅੱਜ ਵੀ ਮੈਂ ਪਰ ਅੱਜ ਵੀ ਵਿਚੋਲੇ ਹੀ ਕੰਮ ਕਰਦੇ ਹਾਂ ਪਹੁੰਚਦੇ ਮਤਲਬ ਠੀਕ ਆ ਜਿਹੜੇ ਮੈਟਰੋ ਸਿਟੀਜ਼ ਨੇ ਜਾਂ ਸ਼ਹਿਰ ਨੇ ਜਿੱਥੇ ਮੁੰਡੇ ਕੁੜੀਆਂ ਆਪਸ 'ਚ ਲਵ ਮੈਰਿਜਿਸ ਦਾ ਟ੍ਰੈਂਡ ਜ਼ਿਆਦਾ ਆ ਗਿਆ ਪਰ ਸਾਡੇ ਘਰਾਂ 'ਚ ਸਾਡੇ ਪਿੰਡਾਂ 'ਚ ਸਾਡੀ ਫੈਮਿਲੀ ਜਿਵੇਂ ਕਿ ਮੇਰੇ ਕਜ਼ਨ ਸਾਰਿਆਂ ਨੇ ਵਿਆਹ ਵਿਚੋਲੇ ਨਹੀਂ ਕਰਾਏ ਜੀ ਤਾਂ ਸਾਡੇ ਲਈ ਤਾਂ ਵਿਚੋਲੇ ਰੱਬ ਨੇ ਹੁਣ ਤਾਂ ਡਿਜੀਟਲ ਵਿਚੋਲਾ ਵੀ ਹੈ ਨਾ ਹੁਣ ਤਾਂ ਡਿਜੀਟਲ ਵਿਚੋਲੇ ਵੀ ਆ ਗਏ ਨਾ ਰਾਈਟ shaadi.com ਉਤੇ ਮੁੰਡਾ ਪਾਲਦੀ ਹੁਣ ਸਨੈਪਚੈਟ ਤੇ ਇੰਸਟਾਗ੍ਰam ਆ ਗਏ ਵਿਚੋਲੇ ਤਾਂ ਹੈਗੇ ਆ ਕਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਗੁਰਨਾਮ ਕੰਪੋਜ਼ਰ ਵੀ ਲਿਰਿਸਿਸਟ ਵੀ ਸਿੰਗਰ ਵੀ ਐਕਟਰ ਵੀ ਇੱਕ ਗੀਤ ਜਿਹੜਾ ਇਸ ਮੂਵੀ ਦੇ ਵਿੱਚ ਲਿਖਿਆ ਵੀ ਗਾਇਆ ਵੀ ਹਾਲਾਂਕਿ ਦੋਨੋਂ ਤੁਸੀਂ ਆਪ ਹੀ ਕੀਤੇ ਮੈਂ ਹੀ ਕਰ ਰਹੀ ਸੋ ਕਿਹੜਾ ਗਾਣਾ ਫੇਵਰੇਟ ਹੈ ਕਿਹੜਾ ਸੁਣਾਉਣਾ ਚਾਹੋਗੇ ਗੂੜੇ ਹੋਣ ਲੱਗੇ ਚੁੰਨੀਆਂ ਦੇ ਰੰਗ ਨੇ ਗੱਲ ਮਸਾਹੀਲ ਕੋਈ ਬੁੱਲੀਆਂ ਤੋਂ ਸੰਗ ਨੇ ਲੱਗਦੀ ਨਾ ਅੱਖ ਹੁਣ ਮੁਟਿਆਰ ਦੀ ਗੱਭਰੂ ਆ ਨਖਰੋ ਤੋਂ ਜਾਨਵਰ ਦਾ ਨਖਰੋ ਵੀ ਲੱਗੀਆਂ ਦਾ ਮੁਲਤਾਰ ਦੀ ਗੱਭਰੂ ਵੀ ਨਖਰੋ ਤੋਂ ਜਾਨਵਰ ਦਾ ਨਖਰੋ ਵੀ ਲੱਗੀਆਂ ਦਾ ਮੁਲਤਾਰ ਦੀ ਕਿੰਨਾ ਕੁ ਮੁੱਲ ਤਾਰਿਆ ਤੁਸੀਂ ਵੀ ਲੱਗੀਆਂ ਦਾ ਪਤਾ ਲੱਗ ਜੂ ਅੱਛਾ ਮੈਂ ਇੱਕ ਗੱਲ ਸੁਣ ਰਹੀ ਸੀ ਕਿਸੇ ਇੰਟਰਵਿਊ ਦੇ ਵਿੱਚ ਕਿ ਸਰਗੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਨਸਰਟਸ ਕਰਦੇ ਨਜ਼ਰ ਆਉਣਗੇ ਸੋ ਸਰਗੁਣ ਬ੍ਰੇਕਿੰਗ ਨਿਊਜ਼ ਤੇ ਗੁਰਨਾਮ ਕੁੱਲਰ ਪੂਰਾ ਸਪੋਰਟ ਕਰਨਗੇ ਤੁਹਾਡੇ ਤੱਕ ਆ ਨਿਊਜ਼ ਪਹੁੰਚ ਗਈ ਮਾਈ ਗੋਡ ਹੁਣ ਤਾਂ ਕਨਸਰਟ ਜਲਦੀ ਲਾਉਣੇ ਪੈਣੇ ਮੈਨੂੰ ਸਰਗੁਣ ਇੱਕ ਗਾਣਾ ਸੁਣਾਓਗੇ ਤੁਸੀਂ ਇਸ ਮੂਵੀ ਦਾ ਸੋਹਰਿਆਂ ਦਾ ਪਿੰਡ ਸਾਰਾ ਕਰੂ ਸਿਫਤਾਂ ਨਹੀਂ ਤੇਰੇ ਨਰਮ ਸਭਾ ਦੇ ਜੱਟ ਦੀਆਂ ਗੁਰਨਾਮ ਨੂੰ ਵੀ ਬੜਾ ਯਕੀਨ ਹੈ ਕਿ ਮੇਰੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਦੇ ਮੈਨੂੰ ਲੋੜ ਪਈ ਤਾਂ ਸਰਗੁਣ ਆ ਕੇ ਡਟ ਕੇ ਖੜੀ ਹੋਊਗੀ ਇਹ ਕਿਉਂ ਦੋਸਤ ਮੇਰੇ ਬਾਲੇ ਹੈ ਨੀ ਜੀ ਹਨਾ ਦੋਸਤ ਮੈਂ ਆ ਸ਼ਬਦ ਮਤਲਬ ਮੇਰੇ ਨਾਲ ਉਹੀ ਲੋਕ ਨੇ ਜਿਹੜੇ 15 ਸਾਲਾਂ ਤੋਂ 20 ਸਾਲ ਜਿਹੜੇ ਸਕੂਲ 'ਚ ਨਾਲ ਸੀਗੇ ਅਸੀਂ ਮਤਲਬ 15 ਸਾਲ ਤੋਂ ਘੱਟ ਕੋਈ ਦੋਸਤ ਹੈ ਨਹੀਂ ਸਰਗੁਣ ਮੇਰਾ ਇੱਕ ਇਹੋ ਜਿਹਾ ਦੋਸਤ ਹੈ ਲਸੁੱਖੀ ਬਿੰਦੀ ਤੋਂ ਬਣਿਆ ਔਰ ਸਾਰਿਆਂ ਦੇ ਪਿੰਡ 'ਚ ਵੀ ਬੈਕ ਡਰੋਪ 'ਤੇ ਮਤਲਬ ਬਹੁਤ ਚੀਜ਼ਾਂ ਸੀਗੀਆਂ ਉਹ ਸਰਗੁਣ ਨੇ ਹੀ ਆਪਦੇ ਮੋਢਿਆਂ 'ਤੇ ਖੜ੍ਹੇ ਹੋ ਕੇ ਸੈੱਟ ਕੀਤੀਆਂ ਸੋ ਮੈਨੂੰ ਕਦੀ ਵੀ ਸਰਗੁਣ ਕੁੜੀ ਨਹੀਂ ਲੱਗਦੀ ਹੈ ਨਾ ਜਾਂ ਮੈਨੂੰ ਲੱਗਦਾ ਕਿ ਉਹ ਖੜ੍ਹ ਜਾਂਦੀ ਹੈ ਜਿੱਥੇ ਲੋੜ ਹੁੰਦੀ ਹੈ ਹੋਰ ਕਿਸੇ ਕੋਸਟਾਂ ਨਾਲ ਕਦੇ ਇੱਦਾਂ ਦਾ ਸਿਕਿਉਰਿਟੀ ਫੀਲ ਹੋਈ ਹੈ ਨਹੀਂ ਨਹੀਂ ਸਰਗੁਣ ਦੇ ਵਿੱਚ ਇੱਦਾਂ ਦਾ ਕੀ ਹੈ ਐਮੀ ਵਿਰਕ ਕਹਿੰਦੇ ਮੇਰੀ ਦੋਸਤ ਹੈ ਸਰਗੁਣ ਸਰਗੁਣ ਕਹਿੰਦੀ ਮੇਰਾ ਯਾਰ ਹੈ ਐਮੀ ਵਿਰਕ ਗੁਰਨਾਮ ਭੁੱਲਰ ਕਹਿੰਦੇ ਮੇਰੀ ਸਪੋਰਟ 'ਚ ਸਰਗੁਣ ਖੜੂਗੀ ਕੀ ਹੈ ਸਰਗੁਣ ਦਾ USP ਕੀ ਹੈ ਸਰਗੁਣ ਕੋਲ ਸ਼ਕਤੀਆਂ ਬਹੁਤ ਸਰਗੁਣ ਦਾ USP ਸਮਝਾਂਗੇ ਸਰ ਮੈਨੂੰ ਨਹੀਂ ਪਤਾ ਮੈਨੂੰ ਐਕਚੁਅਲੀ ਦੋਸਤ ਬਣਾਉਣ ਦਾ ਸ਼ੌਕ ਆ ਪਰ ਮੈਂ ਵੀ ਬਹੁਤੇ ਨਹੀਂ ਬਣਾਉਂਦੀ ਮੇਰੇ ਵੀ ਬਹੁਤ ਘੱਟ ਤੁਸੀਂ ਦੋਸਤਾਂ ਨੂੰ ਮਿਲੋਗੇ ਹੈ ਨਾ ਜਿਹਨਾਂ ਨੂੰ ਮੈਂ ਆਪਦਾ ਯਾਰ ਜਾਂ ਦੋਸਤ ਕਹਿੰਦੀ ਹਾਂ ਬਟ ਵੈਸੇ ਮੇਰੀ ਸਾਰੇ ਦੇ ਨਾਲ ਬਣ ਜਾਂਦੀ ਹੈ ਕਿਉਂਕਿ ਮੈਂ ਪਤਾ ਨਹੀਂ ਖੁੱਲ੍ਹਾ ਜਿਹਾ ਮਾਹੌਲ ਆ ਮੈਂ ਇੰਨਾ ਕੁਛ ਨਹੀਂ ਬਟ ਮੈਨੂੰ ਐਕਚੁਅਲੀ ਨਾ ਘੱਟ ਬੋਲਣਾ ਨਹੀਂ ਆਉਂਦਾ ਮੈਂ ਬਹੁਤ ਵਾਰੀ ਆਪਣੇ ਆਪ ਨੂੰ ਆਹ ਗੱਲ ਕਹੀ ਹੈ ਕਿ ਇਸ ਵਾਰੀ ਜਦੋਂ ਮੈਂ ਫਿਲਮ 'ਚ ਜਾਊਂਗੀ ਨਾ ਮੈਂ ਘੱਟ ਬੋਲੂੰਗੀ ਮੈਂ ਦੁਖੀ ਹੋ ਜਾਂਦੀ ਹਾਂ ਆਪਦੇ ਆਪ ਤੋਂ ਕਿ ਮੈਂ ਇੰਨਾ ਕਿਉਂ ਬੋਲਦੀ ਹਾਂ ਹੈ ਨਾ ਬਟ ਮੈਨੂੰ ਲੱਗਦਾ ਕਿ ਮੈਂ ਇੰਨਾ ਬੋਲ ਦਿੰਦੀ ਹਾਂ ਕਿ ਸਾਹਮਣੇ ਵਾਲੇ ਨੂੰ ਮੇਰੇ ਬਾਰੇ ਸਾਰਾ ਕੁਛ ਪਤਾ ਲੱਗ ਜਾਂਦਾ ਜਦੋਂ ਖੁੱਲ੍ਹੀ ਕਿਤਾਬ ਹੋ ਗਏ ਫਿਰ ਤਾਂ ਯਾਰ ਹੀ ਹੋ ਗਏ ਫਿਰ ਰਹਿ ਕੀ ਗਿਆ ਪਿੱਛੋਂ ਕਾਲਜ ਟਾਈਮ ਦੀ ਆਸ਼ਕੀ ਦੀ ਗੱਲ ਕਰੀ ਜਾਏ ਬਹੁਤ ਸਾਰੇ ਯੰਗਸਟਰਸ ਨੇ ਜੋ ਬ੍ਰੇਕਅਪ ਕਰਕੇ ਧੋਖਾ ਖਾਈ ਬੈਠੇ ਨੇ ਨਾ ਬਹੁਤ ਲੰਬੇ ਲੰਬੇ ਰਿਲੇਸ਼ਨਸ਼ਿਪਸ ਟੁੱਟ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਸਾਰਿਆਂ ਦਾ ਪਿੰਡ ਵੇਖੋ ਤੁਸੀਂ ਤਾਂ ਸਭ ਕੁਝ ਪਤਾ ਲੱਗ ਜੂਗਾ ਸਾਰਿਆਂ ਦਾ ਪਿੰਡ ਵੇਖੋ ਸ਼ਾਰਟ ਐਂਡ ਕ੍ਰਿਸ ਮਤਲਬ ਜਾਣਾ ਹੀ ਪਊਗਾ ਸਾਰਿਆਂ ਦਾ ਪਿੰਡ ਤੁਸੀਂ ਸਾਰਿਆਂ ਦਾ ਪਿੰਡ ਵਿਖਾ ਕਦੋਂ ਰਹੇ ਹੋ ਵੈਸੇ ਬਹੁਤ ਪਤਾ ਨਹੀਂ ਜਲਦੀ ਸ਼ਾਇਦ 8 ਜੁਲਾਈ ਵਾਲਾ ਨਹੀਂ ਸਾਰਿਆਂ ਦਾ ਪਿੰਡ ਅਸੀਂ ਵੇਖਣਾ ਇਹਨੂੰ ਸਾਰਿਆਂ ਨੇ ਆਹੀ ਸਵਾਲ ਪੁੱਛਿਆ ਸਾਰਿਆਂ ਨੂੰ ਕਹਿੰਦੇ ਮੈਨੂੰ ਕੁੜੀ ਨਹੀਂ ਲੱਭੀ ਇਹ ਤਾਂ ਗਲਤ ਕਿੰਨਾ ਕੁ ਝੂਠਾ ਹੈ ਕੁੜੀਆਂ ਦੀ ਲਾਈਨ ਲੱਗ ਜੂਗੀ ਯਾਰ ਕਿੱਥੇ ਲਾਓ ਨਾ ਲਾਈਨ ਪਹਿਲਾਂ ਤੁਸੀਂ ਨੋਟਿਸ ਦਿੰਦੇ ਨਹੀਂ ਹੈਗੇ ਤੇ ਤੁਸੀਂ ਆ ਕੇ ਇੱਥੇ ਇਕੱਲੇ ਇਕਲੇ ਬਹਿ ਕੇ ਕਹਿੰਦੇ ਲਾਈਨ ਲਾਈਨ ਤੁਸੀਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਦੱਸ ਦਿਓ ਨਾਲ ਆਪਦੇ ਲਾਈਨ ਲੈ ਕੇ ਆਉਣੀ ਸੀ ਉਹਨਾਂ ਨੇ ਰਾਈਟ ਕਾਲਜ ਦੀ ਮੰਡੀਰ ਦੇ ਆਧਾਰਤ ਫਿਲਮ ਹੈ ਪਰ ਜੇ ਕੋਈ ਫੈਮਿਲੀ ਦੇ ਨਾਲ ਜਾਊਗਾ ਕੋਈ ਬਜ਼ੁਰਗ ਵੀ ਜਾਊਗਾ ਉਹ ਉਹਦੇ ਲਈ ਕੀ ਹੈ ਇਸ ਮੂਵੀ ਦੇ ਵਿੱਚ ਉਹ ਦੱਸੋ ਸਭ ਕੁਝ ਪਰਿਵਾਰਕ ਹੈ ਜੀ ਫਰੈਂਕਲੀ ਫੈਮਿਲੀ ਫਿਲਮ ਆ ਜੀ ਦੇਖੋ ਕੋਈ ਵੀ ਜਿਹੜਾ ਵਿਆਹ ਹੁੰਦਾ ਹੈ ਜਾਂ ਮੁੰਡੇ ਕੁੜੀ ਦੇ ਵਿੱਚ ਕੁਛ ਵੀ ਹੁੰਦਾ ਉਹਦੇ 'ਚ ਪਰਿਵਾਰ ਦੀ ਪਰਿਵਾਰ ਦੇ ਹਾਂ ਤੋਂ ਬਿਨਾਂ ਜਾਂ ਨਾ ਤੋਂ ਬਿਨਾਂ ਕੁਛ ਨਹੀਂ ਹੁੰਦਾ ਬੈਕਡ੍ਰੌਪ 'ਚ ਸਾਰਾ ਕੁਛ ਪਰਿਵਾਰ ਹੀ ਕਰ ਰਿਹਾ ਬਹੁਤ ਲੌਜੀਕਲੀ ਕਨੈਕਟ ਕਰਨਗੇ ਕਿ ਜਿਹੜੇ ਤਾਂ 90s ਦੇ ਦੌਰ 'ਚ ਜਿਨ੍ਹਾਂ ਦੀ ਜਵਾਨੀ ਸੀ ਉਦੋਂ ਤਾਂ ਵੇਖਣਗੇ ਕਿ ਉਹਨਾਂ ਨੇ ਸਾਰਾ ਕੁਛ ਆਪ ਕੀਤਾ ਹੈ ਕੈਸਟਾਂ ਵਾਲਾ ਅਤੇ ਉਹਨਾਂ ਨੂੰ ਹੋਊਗਾ ਵੀ ਯਾਰ ਸਾਡੀ ਗੱਲ ਹੋ ਰਹੀ ਹੈ ਪਰ ਜਿਹੜੀ ਅੱਜ ਦੀ ਜਨਰੇਸ਼ਨ ਹੈ ਜਿਹੜੀ ਯੰਗ ਮੰਡੀਰ ਹੈ ਉਹਦੇ ਲਈ ਇੱਕ ਤਾਂ ਮੈਸੇਜ ਬਹੁਤ ਵਧੀਆ ਕਿ ਤੁਸੀਂ ਬਦਲਾ ਕਿਵੇਂ ਲੈਣਾ ਬ੍ਰੇਕਅਪ ਤੋਂ ਬਾਅਦ ਕੀ ਕਰਨਾ
ਔਰ ਦੂਜੀ ਗੱਲ ਉਹਨਾਂ ਲਈ ਇਹ ਬਹੁਤ ਐਕਸਾਈਟਿੰਗ ਹੈ ਕਿ ਉਦੋਂ ਕਿਵੇਂ ਦਾ ਮਾਹੌਲ ਹੁੰਦਾ ਸੀ ਜਿਹਨਾਂ ਨੇ ਨਹੀਂ ਦੇਖਿਆ ਸਾਰਾ ਕੁਛ, ਤਾਂ ਉਹਨਾਂ ਲਈ ਆਪਣੇ ਆਪ 'ਚ ਹੀ ਇੱਕੋ ਫਿਲਮ ਹੈ। ਸੋ ਪਰਿਵਾਰਾਂ ਦੀ ਗੱਲ ਆ, ਫੈਮਿਲੀਜ਼ ਦੀ ਗੱਲ ਆ, ਇਹਦੇ 'ਚ ਬਹੁਤ ਚੀਜ਼ਾਂ ਜਿਹੜੀਆਂ ਤੁਸੀਂ ਕੁਛ ਫਿਲਮਾਂ 'ਚ ਔਕਵਰਡ ਫੀਲ ਕਰ ਰਹੇ, ਇਹਦੇ 'ਚ ਇਹੋ ਜਿਹਾ ਕੁਛ ਨਹੀਂ ਹੈ। ਇੱਦਾਂ ਦਾ ਕੁਛ ਨਹੀਂ। ਫੈਮਿਲੀ ਦੀ ਗੱਲ ਹੋ ਰਹੀ, ਤੁਹਾਡੀ ਫੈਮਿਲੀ ਪਤਾ ਨਹੀਂ ਸਾਨੂੰ ਕਦੋਂ ਨਜ਼ਰ ਆਊਗੀ, ਬਟ ਵੈਸੇ ਪੂਰਾ ਹਸਬੈਂਡ ਮਟੀਰੀਅਲ ਜੋ ਹੈ ਤੁਸੀਂ ਉਹ ਡਿਲੀਵਰ ਕਰਦੇ, ਭਾਵੇਂ ਕੋਕਾ ਦੀ ਗੱਲ ਕਰ ਲਾਂ ਮੈਂ, ਭਾਵੇਂ ਪਹਿਲਾਂ ਸੁਰਖੀ ਬਿੰਦੀ ਦੀ ਗੱਲ ਕਰ ਲਾਂ, ਭਾਵੇਂ ਅੱਜ ਸਹੁਰਿਆਂ ਦੇ ਪਿੰਡ ਦੀ ਗੱਲ ਕਰ ਲਾਂ, ਵੀ ਜੇ ਟਾਕਰਾ ਵੀ ਲੈਣਾ ਤਾਂ ਫਿਰ ਡਟ ਕੇ ਲੈਣਾ ਹੈ। ਸੋ ਅਸੀਂ ਨਿਗਾਹ ਮਾਰਦੇ ਆ ਹੀ ਰਹੇ ਹਾਂ ਬਿਲਕੁਲ, ਤੇ ਸਹੁਰਿਆਂ ਦਾ ਪਿੰਡ ਸਾਨੂੰ ਦੂਰ ਨਜ਼ਰ ਆ ਰਿਹਾ 8 ਜੁਲਾਈ ਨੂੰ। ਜਾਂਦੇ ਜਾਂਦੇ ਸਹੁਰਿਆਂ ਦੇ ਪਿੰਡ ਲਈ ਕੀ ਕਹਿਣਾ ਚਾਹੋਗੇ, ਆਪਣੀ ਆਡੀਅੰਸ ਨੂੰ ਕਿੱਦਾਂ ਅਪੀਲ ਕਰਨਾ ਚਾਹੋਗੇ, ਜ਼ੀ ਮੀਡੀਆ ਦੇ ਦਰਸ਼ਕਾਂ ਨੂੰ? ਜ਼ਰੂਰ ਦੇਖੋ ਜੀ 8 ਜੁਲਾਈ ਨੂੰ ਸਾਰਿਆਂ ਦਾ ਪਿੰਡ, ਬਹੁਤ ਐਕਸਾਈਟਿੰਗ ਫਿਲਮ ਹੈ, ਬਹੁਤ ਫਨੀ ਫਿਲਮ ਹੈ, ਅਤੇ ਪੰਜਾਬ ਨੂੰ ਔਰ ਪੰਜਾਬੀ ਕਮਿਊਨਿਟੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਪਸੰਦ ਆਈ। ਜੈਨੂਇਨਲੀ ਸੱਚੀ, ਹੈਲੋ, ਜੈਨੂਇਨਲੀ ਸੱਚੀ ਸੱਚੀ ਐਂਟਰਟੇਨਿੰਗ ਫਿਲਮ ਆ। ਮੈਂ ਬਹੁਤ ਘੱਟ ਬੋਲਦੀ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਯਾਰ ਆਪਣਾ ਇੱਕ ਟਰੱਸਟ ਫੈਕਟਰ ਹੁੰਦਾ ਆਡੀਅੰਸ ਦੇ ਨਾਲ, ਅਤੇ ਸੌਂਕਣ 'ਚ ਆਪਾਂ ਪ੍ਰੂਵ ਕੀਤਾ ਕਿ ਜੋ ਮੈਂ ਤੁਹਾਨੂੰ ਕਿਹਾ ਸੀ ਉਹੀ ਹੋਇਆ, ਤੁਸੀਂ ਹੱਸ ਹੱਸ ਜ਼ਮੀਨ 'ਤੇ ਗਿਰ ਕੇ ਬਹੁਤ ਬੰਦੇ ਸੱਚੇ ਹੋ। ਅਤੇ ਆਹ ਫਿਲਮ ਵੀ ਉਹੋ ਜਿਹੀ ਆ, ਇਟਸ ਅਮੇਜ਼ਿੰਗ, ਬਹੁਤ ਫਨ ਆ, ਬਹੁਤ ਕੌਮੇਡੀ ਆ ਫਿਲਮ 'ਚ, ਅਤੇ ਫੈਮਿਲੀ ਐਂਟਰਟੇਨਰ ਆ, ਕੰਪਲੀਟ ਪੈਕੇਜ ਆ। ਜਾ ਕੇ ਦੇਖੋ 8 ਜੁਲਾਈ ਨੂੰ ਸਹੁਰਿਆਂ ਦਾ ਪਿੰਡ ਆ ਗਿਆ। ਅਤੇ ਹੁੱਕ ਸਟੈਪ ਜਿਹੜਾ ਹੈਗਾ ਸਹੁਰਿਆਂ ਦੇ ਪਿੰਡ ਦਾ, ਉਹ ਮੈਂ ਜ਼ਰੂਰ ਸਿੱਖਣਾ, ਅਤੇ ਆਪਾਂ ਕਰਾਂਗੇ ਵੀ, ਖੜ੍ਹੇ ਕਰਾਂਗੇ ਕਰਾਂਗੇ। ਸੋ ਸਹੁਰਿਆਂ ਦਾ ਪਿੰਡ ਆ ਗਿਆ, ਫਾਈਨਲੀ ਆ ਗਿਆ, ਬਿਲਕੁਲ ਮੈਂ ਸਹੀ ਕਹਿ ਰਹੀ ਹਾਂ, ਯਕੀਨ ਮੰਨੋ 8 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜਾ ਕੇ ਇਹ ਮੂਵੀ ਜ਼ਰੂਰ ਵੇਖਣੀ ਹੈ, ਜ਼ਰੂਰ ਵੇਖਣੀ ਹੈ। ਟਿਕਟਾਂ ਐਡਵਾਂਸ 'ਚ ਬੁੱਕ ਕਰ ਲਓ, ਕਿਉਂਕਿ ਉਸ ਤੋਂ ਬਾਅਦ ਨਿਗਾਹ ਮਾਰਦੇ ਮਾਰਦੇ ਤੁਸੀਂ ਸਹੁਰਿਆਂ ਦਾ ਪਿੰਡ ਜਦੋਂ ਵੇਖਣ ਜਾਓਗੇ ਤਾਂ ਉਮੀਦ ਹੈ ਕਿ ਉੱਥੇ ਤੁਹਾਡੇ ਠਾਕੇ ਸਰਗੁਣ ਹੋਰਾਂ ਤੱਕ, ਗੁਰਨਾਮ ਹੋਰਾਂ ਤੱਕ ਜ਼ਰੂਰ ਪਹੁੰਚਣਗੇ। ਅਤੇ ਇਸ ਤਰ੍ਹਾਂ ਦੇ ਹੋਰ ਤਮਾਮ ਵੀਡੀਓਜ਼ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ, ਇਸ ਤਰ੍ਹਾਂ ਦਾ ਕੰਟੈਂਟ, ਇਸ ਤਰ੍ਹਾਂ ਦੀ ਐਂਟਰਟੇਨਮੈਂਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸਤਿ ਸ਼੍ਰੀ ਅਕਾਲ।